ਇਹ ਫਿਲਮ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ 24 ਮਈ ਨੂੰ ਰਿਲੀਜ਼ ਹੋਣੀ ਸੀ ਬਿਕੋਜ਼ ਆਫ ਸੈਂਸਰ ਇਸ਼ੂ, ਹੁਣੇ 9 ਅਗਸਤ ਨੂੰ ਇੰਡੀਆ ਅਤੇ ਪਾਕਿਸਤਾਨ ਸਾਰੇ ਪਾਸੇ ਲੱਗ ਰਹੀ ਹੈ। ਫਰਾਈਡੇ ਨੂੰ 99 ਰੁਪੀਸ ਦੀ ਟਿਕਟ ਹੈ ਤੁਸੀਂ, ਸੋ ਹੁਣ ਤੁਹਾਨੂੰ ਬਜਟ ਲਈ ਵੀ ਸੋਚਣਾ ਨਹੀਂ ਪੈਣਾ। ਹੈਲੋ ਜੀ, ਸਤਿ ਸ਼੍ਰੀ ਅਕਾਲ, ਅਸ਼ਕੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ, ਅੱਜ ਅਸੀਂ ਰੋਜ਼ ਰੋਜ਼ੀ ਅਤੇ ਗੁਲਾਬ ਦੇ ਪ੍ਰੀਮੀਅਰ ਦੇ ਉੱਤੇ ਪਹੁੰਚੇ ਹਾਂ। ਕੀ ਗੁਰਨਾਮ ਭੁੱਲਰ ਨਹੀਂ ਦਿਖ ਰਿਹਾ? ਆਹ ਦੇਖੋ ਗੁਰਨਾਮ ਭੁੱਲਰ। ਸੋ ਗੁਰਨਾਮ ਭੁੱਲਰ ਸਟਾਰਰ ਫਿਲਮ ਹੈ, ਜਿਹਦੇ ਵਿੱਚ ਇੱਕ ਪਾਸੇ ਮਾਹੀ ਹੈ ਅਤੇ ਇੱਕ ਪਾਸੇ ਪ੍ਰਾਂਜਲ ਹੈ, ਔਰ ਇਹ ਜਿਹੜੀ ਤਿੱਕੜੀ ਹੈ ਇਸ ਨੇ ਕੀ ਕਮਾਲ ਦਿਖਾਇਆ ਉਹ ਅੱਜ ਦੇ ਇਸ ਪ੍ਰੀਮੀਅਰ ਦੇ ਉੱਤੇ ਪਤਾ ਲੱਗੂਗਾ। ਸੋ ਫਿਲਮ ਪਹਿਲਾਂ ਡਿਲੇਅ ਹੋ ਗਈ ਸੀ ਇਲੈਕਸ਼ਨਸ ਦੇ ਕਰਕੇ, ਅਤੇ ਉਸ ਤੋਂ ਬਾਅਦ ਫਿਲਮ ਦੀ ਕਾਫੀ ਜ਼ਿਆਦਾ ਉਡੀਕ ਹੋ ਰਹੀ ਸੀ। ਸੋ ਵਿਦੇਸ਼ਾਂ ਦੇ ਵਿੱਚ ਪਹਿਲਾਂ ਰਿਲੀਜ਼ ਹੋ ਚੁੱਕੀ ਹੈ, ਸੋ ਹੁਣ ਪੰਜਾਬ ਦੇ ਵਿੱਚ ਰਿਲੀਜ਼ ਹੋ ਰਹੀ ਹੈ, ਇੰਡੀਆ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਸੋ ਆਓ ਦੇਖਦੇ ਹਾਂ ਫਿਲਮ ਕਿਵੇਂ ਦੀ ਹੈਗੀ ਹੈ, ਕਿਹੜੇ ਕਿਹੜੇ ਸਟਾਰਸ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ, ਔਰ ਇਸ ਪ੍ਰੀਮੀਅਰ ਨੂੰ ਕਿੰਨੀਆਂ ਰੌਣਕਾਂ ਦੇ ਨਾਲ ਰੌਣਕ ਕਰਨ ਵਾਲੇ ਨੇ। ਸੋ ਉਸਦੇ ਨਾਲ ਨਾਲ ਇਹ ਵੀ ਦੱਸਾਂਗੇ ਕਿ ਫਿਲਮ ਕਿਵੇਂ ਦੀ ਹੈ। ਸੋ ਆਓ ਫਿਰ ਸ਼ੁਰੂ ਕਰਦੇ ਹਾਂ। ਮੈਨੂੰ ਆਪ ਨੂੰ ਨੀ ਸਮਝ ਆ ਰਿਹਾ। ਇਹ ਹੁੰਦਾ ਹੀ ਹੈ ਜਦੋਂ ਤੁਸੀਂ, ਮਤਲਬ ਮੈਂ ਪਹਿਲੀ ਫਿਲਮ ਕੀਤੀ ਹੈ ਪਰ ਕੰਮ ਮੈਨੂੰ ਇਹਦੇ ਚ ਕਰਨ ਦਾ ਮੌਕਾ ਮਿਲਿਆ ਜ਼ਿਆਦਾ, ਤੇ ਉਹ ਨਰਵਸਨੈਸ ਹੁੰਦੀ ਹੈ ਜਦੋਂ ਤੁਸੀਂ ਇੰਨੇ ਵੱਡੇ ਪਰਦੇ 'ਤੇ ਇੰਨੀ ਲੰਬੀ ਸਕਰੀਨਿੰਗ ਕਰਦੇ ਹੋ, ਤਾਂ ਮੈਨੂੰ ਲੱਗਦਾ ਕਿ ਅਜੀਬ ਜਿਹੀ ਵਾਈਬ ਹੈ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਹਾਂ ਕਿ ਇੰਨੀ ਦੇਰ ਦੇ ਸੁਪਨੇ ਸਜਾਏ ਸੀ ਅੱਜ ਮਕਬੂਲ ਹੋ ਗਏ। ਥੈਂਕ ਯੂ ਜੀ ਸਾਰੇ ਮੀਡੀਆ ਦਾ, ਸਾਰਿਆਂ ਦਾ, ਤੁਸੀਂ ਆਏ। ਇਹ ਫਿਲਮ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ 24 ਮਈ ਨੂੰ ਰਿਲੀਜ਼ ਹੋਣੀ ਸੀ ਬਿਕੋਜ਼ ਆਫ ਸੈਂਸਰ ਇਸ਼ੂ, ਹੁਣੇ 9 ਅਗਸਤ ਨੂੰ ਇੰਡੀਆ ਅਤੇ ਪਾਕਿਸਤਾਨ ਸਾਰੇ ਪਾਸੇ ਲੱਗ ਰਹੀ ਹੈ। ਅੱਜ 7 ਅਗਸਤ, ਤੁਸੀਂ ਜਦ ਤੱਕ ਸਾਰੇ ਲਾਈਵ ਵੀਡੀਓ ਦੇਖ ਰਹੇ ਹੋ, ਸਾਰਿਆਂ ਨੂੰ, ਸਾਰੀ ਆਡੀਅੰਸ ਨੂੰ ਸਾਡੀ ਰਿਕੁਐਸਟ ਹੈ ਕਿ ਤੁਸੀਂ ਫਿਲਮ ਨੂੰ ਵੱਧ ਚੜ੍ਹ ਕੇ ਆਪਣੀ ਆਪਣੀ ਫੈਮਿਲੀ ਨਾਲ ਦੇਖੋ। ਬਹੁਤ ਵਧੀਆ ਲੱਗ ਰਿਹਾ, ਅਭੀ ਤੱਕ ਮੈਂ ਬਾਹਰ ਨਹੀਂ ਆਈ ਹੂੰ ਕਰੈਕਟਰ ਸੇ ਵੀ ਕੋਈ, ਇਹ ਮੇਰੇ ਕੋ ਔਰ ਦੇਖ ਰਹੇ ਆਪਣੇ ਆਪ ਕੋ, ਬਹੁਤ ਜ਼ਿਆਦਾ ਅੱਛਾ ਲੱਗਾ। ਆਪ ਲੋਗੋਂ ਕਾ ਰਿਸਪੋਂਸ ਜੋ ਦੇਖਾ ਬੀਚ ਮੇਂ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ। ਉਮੀਦ ਕਰਤੀ ਆਪਕੋ ਵੀ ਪਸੰਦ ਆਇਆ ਹੋਗਾ, ਆਪਨੇ ਪਹਿਲੀ ਵਾਰ ਦੇਖਿਆ, ਮੈਨੇ ਪੰਜਾਬੀ ਬੋਲੀ ਹੈ, ਪੂਰੀ ਡਬਿੰਗ ਮੇਰੇ ਕਰੀ ਹੈ, ਡਾਇਰੈਕਟਰ ਸਰ ਨੇ ਕਰਾਈ ਹੈ ਮੇਰੇ ਸਾਥ ਬੈਠ ਕੇ, ਸੋ ਉਹ ਮਿਲੇ ਸਭਸੇ ਬੜੀ ਬਾਤ ਥੀ। ਥੈਂਕ ਯੂ ਸੋ ਮਚ ਪੂਰੀ ਟੀਮ ਕਾ, ਮੁਝੇ ਇਤਨਾ ਸਪੋਰਟ ਕਰਾ ਔਰ ਇਤਨੇ ਅੱਛੇ ਸੇ ਹਮਾਰੀ ਫਿਲਮ ਆਈ। ਆਈ ਹੋਪ ਆਪਕੋ ਪਸੰਦ ਆਏਗੀ, 9 ਅਗਸਤ ਕੋ ਜ਼ਰੂਰ ਜਾਣਾ। ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਨਾ? 99 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
ਵੀ ਆ ਇੱਕ ਨਿਊਜ਼ ਆਡੀਅੰਸ ਵਾਸਤੇ ਇਹ ਹੈ ਕਿ ਫਰਾਈਡੇ ਨੂੰ 99 ਰੁਪੀਸ ਦੀ ਟਿਕਟ ਹੈ, ਤੁਸੀਂ
ਸੋ ਹੁਣ ਤੁਹਾਨੂੰ ਬਜਟ ਲਈ ਵੀ ਸੋਚਣਾ ਨਹੀਂ ਪੈਣਾ। ਸੋ ਜਸਟ ਰੁਪੀਸ 99 ਤੁਸੀਂ ਫਰਾਈਡੇ, ਸਿਰਫ ਜਸਟ ਫੋਰ ਫਰਾਈਡੇ, ਜਸਟ ਫੋਰ ਫਰਾਈਡੇ ਤੁਸੀਂ ਸਾਰੇ ਸਾਰੇ ਯੂਥ ਨੂੰ, ਕਿਉਂਕਿ ਇਹ ਇੱਕ ਕਾਮੇਡੀ ਐਂਟਰਟੇਨਮੈਂਟ ਰੋਮਾਂਸ, ਮਤਲਬ ਇਹ ਯੂਥ ਦੀ ਫਿਲਮ ਹੈ, ਫੈਮਲੀਆਂ ਦੀ ਵੀ ਹੈ। ਸੋ ਜਦੋਂ ਬੰਦਾ ਕਾਲਜ ਹੁੰਦਾ ਤੁਹਾਨੂੰ ਸੋਚਣਾ ਪੈਂਦਾ ਕਿ ਯਾਰ ਇੰਨਾ ਬਜਟ ਬੰਨਣਾ, ਹੁਣ ਅਸੀਂ ਬਜਟ ਵੀ ਬਹੁਤ ਛੋਟਾ ਕਰਤਾ। ਸੋ ਇਟਸ ਜਸਟ 99 ਰੁਪੀਸ, ਤੁਸੀਂ ਆਓ ਫਿਲਮ ਨੂੰ ਦੇਖੋ ਅਤੇ ਆਪਦੇ ਦੋਸਤਾਂ ਨੂੰ ਦੱਸੋਗੇ ਕਿਵੇਂ ਲੱਗੀ ਤੁਹਾਨੂੰ। ਬਸ ਸਾਰੇ ਹੁਣ ਆਪਦੇ ਆਪਦੇ ਸੋਸ਼ਲ ਮੀਡੀਆ ਨੂੰ ਇੱਕ ਵਾਰੀ, ਇਹ ਬਹੁਤ ਕ੍ਰੂਸ਼ਲ ਡੇ ਹੈ ਕੱਲ ਦਾ। ਸੋ ਸਾਰਿਆਂ ਨੂੰ ਜ਼ਰੂਰ ਇਹ ਨਿਊਜ਼ ਪਹੁੰਚੇਗੀ, ਫਿਲਮ ਫਾਈਨਲੀ ਦੁਬਾਰਾ ਲੱਗ ਰਹੀ ਹੈ, ਤਾਂ ਕਿ ਸਾਰੇ ਵੱਧ ਤੋਂ ਵੱਧ ਦੇਖਣ। ਜੋ ਵੀ ਤੁਹਾਡੇ ਰਿਵਿਊ ਨੇ ਤੁਸੀਂ ਜ਼ਰੂਰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰੋ। ਥੈਂਕ ਯੂ ਮਨੀਸ਼ ਭਾਅ ਜੀ, ਮਨਵੀਰ ਬਾਈ, ਪ੍ਰੀਤ ਸੰਘਰੇੜੀ ਅਤੇ ਸਾਰੀ ਸਟਾਰਕਾਰ, ਸਾਰਿਆਂ ਨੇ ਆਪਣਾ ਤਨ ਮਨ ਧਨ ਲਾਇਆ। ਸੋ ਅਸੀਂ ਆਪਣੇ ਵੱਲੋਂ ਬੈਸਟ ਟਰਾਈ ਕੀਤਾ, ਉਮੀਦ ਹੈ ਕਿ ਤੁਹਾਨੂੰ ਵੀ ਵਧੀਆ ਲੱਗੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਲੋ ਜੀ, ਪ੍ਰੀਮੀਅਰ 'ਤੇ ਇੰਜੋਏ ਕਰ ਲਿਆ ਹੋਣਾ। ਹੁਣ ਤੁਹਾਨੂੰ ਦੱਸਦੇ ਹਾਂ ਫਿਲਮ ਆਖਿਰਕਾਰ ਕਿਵੇਂ ਦੀ ਹੈ। ਫਿਲਮ ਦੀ ਗੱਲ ਕੀਤੀ ਜਾਵੇ, ਹਰ ਕਿਸੇ ਨੂੰ ਲੱਗ ਰਿਹਾ ਸੀਗਾ ਕਿ ਇਹ ਟ੍ਰਾਈਐਂਗਲ ਲਵ ਸਟੋਰੀ ਹੋਏਗੀ, ਪਰ ਤੁਹਾਨੂੰ ਇੱਥੇ ਦੱਸਦਾ ਟ੍ਰਾਈਐਂਗਲ ਲਵ ਸਟੋਰੀ ਜ਼ਰੂਰ ਹੈ, ਪਰ ਜਿਹੜਾ ਕੋਨਸੈਪਟ ਹੈ ਉਹ ਟੋਟਲੀ ਫਰੈਸ਼ ਹੈ। ਬਹੁਤ ਸਾਰੀਆਂ ਫਿਲਮਾਂ ਬਾਰੇ ਬੋਲਿਆ ਜਾਂਦਾ ਹੁੰਦਾ ਕਿ ਫਿਲਮ ਦਾ ਕੋਨਸੈਪਟ ਜਿਹੜਾ ਉਹ ਬਿਲਕੁਲ ਫਰੈਸ਼ ਹੈ, ਨਵਾਂ ਹੈ, ਪਰ ਇਸ ਫਿਲਮ ਨੂੰ ਦੇਖ ਕੇ ਤੁਹਾਨੂੰ ਜ਼ਰੂਰ ਫੀਲ ਹੋਏਗਾ। ਜਦੋਂ ਫਿਲਮ ਸ਼ੁਰੂ ਹੁੰਦੀ ਹੈ ਤਾਂ ਕਾਮੇਡੀ ਦੇ ਨਾਲ ਸ਼ੁਰੂ ਹੁੰਦੀ ਹੈ। ਕਾਮੇਡੀ ਇਸ ਤਰੀਕੇ ਦੀ ਲੱਗਦੀ ਹੈ ਕਿ ਤੁਸੀਂ ਉਸਦੇ ਵਿੱਚ ਖੋਂਦੇ ਜਾਂਦੇ ਹੋ, ਔਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਤੁਹਾਨੂੰ ਲੱਗਦਾ ਕਿ ਯਾਰ ਸਾਡੀ ਹੀਰੋਇਨ ਕਦੋਂ ਆਏਗੀ, ਅਤੇ ਆਏਗੀ ਤਾਂ ਕਦੋਂ ਆਏਗੀ। ਇੱਥੇ ਵੀ ਮਾਹੀ ਦੀ ਜਿਹੜੀ ਐਂਟਰੀ ਹੈ ਉਹ ਬੜੀ ਸਰਪ੍ਰਾਈਜ਼ਿੰਗਲੀ ਜਿਹੜੀ ਆ ਜਾਂਦੀ ਆ, ਔਰ ਤੁਹਾਨੂੰ ਪਤਾ ਵੀ ਨਹੀਂ ਚੱਲਦਾ, ਔਰ ਜਦੋਂ ਤੁਹਾਨੂੰ ਪਤਾ ਚੱਲਦਾ ਤਾਂ ਤੁਸੀਂ ਬੜੇ ਜ਼ਿਆਦਾ ਸ਼ੌਕ ਹੋ ਜਾਂਦੇ ਹੋ। ਸੋ ਉਸ ਤੋਂ ਬਾਅਦ ਕਹਾਣੀ ਅੱਗੇ ਟਰਨ ਲੈਂਦੀ ਹੈ, ਔਰ ਰੋਜ਼ ਦੀ ਐਂਟਰੀ ਕਿਵੇਂ ਹੁੰਦੀ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਕੋਈ ਕਲੂ ਨਹੀਂ ਦੇਣ ਵਾਲਾ, ਕਿਉਂਕਿ ਅਗਰ ਇਹ ਦਿੱਤਾ ਤਾਂ ਤੁਹਾਡੀ ਕਿਉਰਿਓਸਿਟੀ ਖਰਾਬ ਹੋ ਜਾਏਗੀ ਫਿਲਮ ਦੇਖਣ ਦੀ। ਸੋ ਆਓ ਫਿਲਮ ਨੂੰ ਦੇਖੋ, ਫੈਮਲੀ ਦੇ ਨਾਲ ਆ ਸਕਦੇ ਹੋ, ਬਹੁਤ ਹੀ ਅਮੇਜ਼ਿੰਗ ਜਿਹੜਾ ਐਂਟਰਟੇਨਮੈਂਟ ਤੁਸੀਂ ਫੀਲ ਕਰੋਗੇ। ਔਰ ਉਸਦੇ ਨਾਲ ਨਾਲ ਤੁਹਾਨੂੰ ਦੱਸਾਂ ਕਿ ਕਰਮਜੀਤ ਅਨਮੋਲ ਭਾਅ ਜੀ ਨੇ ਇੱਕ ਵਾਰੀ ਫਿਰ ਇਸ ਫਿਲਮ ਨੂੰ ਆਪਣੇ ਨਾਲ ਖਾ ਲਿਆ, ਔਰ ਉਸਦੇ ਨਾਲ ਪੂਰੇ ਮੁਕਾਬਲੇ ਦੇ ਵਿੱਚ ਸ਼ਰਨ ਯਾਨੀ ਕਿ ਟੋਕਰਾ TV ਔਰ ਦੂਜੇ ਪਾਸੇ ਅੰਮ੍ਰਿਤ MB, ਇਹਨਾਂ ਦੀ ਜਿਹੜੀ ਜੋੜੀ ਹੈ ਨਾ, ਇਹ ਇੰਨੀ ਕੁ ਸ਼ਰਾਰਤੀ ਹੈ। ਦੇਖੋ ਦੋਸਤ ਹੋਣੇ ਚਾਹੀਦੇ ਨੇ, ਉਹ ਕਮੀਨੇ ਦੋਸਤ ਨਾ ਹੋਣ ਤਾਂ ਉਸ ਦੋਸਤੀ ਦਾ ਮਜ਼ਾ ਨਹੀਂ ਆਉਂਦਾ, ਪਰ ਇੰਨੇ ਕਮੀਨੇ ਇਹ ਤੁਸੀਂ ਜਿਹੜਾ ਫਿਲਮ ਦੇਖਣ ਤੋਂ ਬਾਅਦ ਜ਼ਰੂਰ ਸੋਚੋਗੇ। ਔਰ ਇਹ ਦੋਸਤ ਕੀ ਜਿਹੜਾ ਫਿਲਮ ਦੇ ਵਿੱਚ ਕਮਾਲ ਕਰਦੇ ਨੇ, ਕਿਸ ਤਰੀਕੇ ਦਾ ਇਹਨਾਂ ਦਾ ਜਿਹੜਾ ਫਨ ਹੁੰਦਾ ਉਹ ਤੁਸੀਂ ਫਿਲਮ ਦੇ ਵਿੱਚ ਆ ਕੇ ਇੰਜੋਏ ਕਰੋਗੇ। ਔਰ ਗੱਲ ਆ ਗਈ ਹੁਣ ਗੁਰਨਾਮ ਭੁੱਲਰ ਦੀ। ਗੁਰਨਾਮ ਭੁੱਲਰ ਐਜ਼ ਯੂਜੁਅਲ ਆਪਣੇ ਇਨੋਸੈਂਟ ਬਿਹੇਵੀਅਰ ਦੇ ਵਿੱਚ ਨਜ਼ਰ ਆਉਂਦੇ ਨੇ, ਇੱਕ ਇੱਦਾਂ ਦਾ ਭੋਲਾ ਭਾਲਾ ਜਿਹਾ ਪੰਜਾਬੀ ਗੱਭਰੂ ਜਿਹਨੂੰ ਛੇਤੀ ਛੇਤੀ ਪਿਆਰ ਦੀ ਗੱਲ ਸਮਝ ਨਹੀਂ ਆਉਂਦੀ, ਉਸਨੂੰ ਪਤਾ ਨਹੀਂ ਚੱਲਦਾ ਕਿ ਕਦੋਂ ਉਹਨੂੰ ਕਿਹਦੇ ਨਾਲ ਪਿਆਰ ਹੋ ਗਿਆ, ਔਰ ਇਹੀ ਰੀਜ਼ਨ ਬਣਦਾ ਇਸ ਪੂਰੀ ਕਹਾਣੀ ਦੇ ਵਿੱਚ ਜੋ ਕਨਫਿਊਜ਼ਨ ਕ੍ਰੀਏਟ ਹੁੰਦਾ। ਪਰ ਅਲਟੀਮੇਟਲੀ ਇਹ ਕਨਫਿਊਜ਼ਨ ਐਂਡ ਦੇ ਵਿੱਚ ਜਾ ਕੇ ਦੂਰ ਹੁੰਦਾ, ਪਰ ਉਹ ਜਦੋਂ ਤੱਕ ਦੂਰ ਹੁੰਦਾ ਉਦੋਂ ਤੱਕ ਬਹੁਤ ਸਾਰੇ ਅਪਸ ਐਂਡ ਡਾਊਨਸ, ਯਾਨੀ ਕਿ ਕਦੇ ਹਾਸਾ, ਕਦੇ ਇਮੋਸ਼ਨ ਅਤੇ ਕਦੇ ਰੋਮੈਂਸ ਦੇਖਣ ਨੂੰ ਮਿਲੇਗਾ। ਸੋ ਗਾਣੇ ਡੈਫੀਨੇਟਲੀ ਇੰਜੋਏ ਕਰੋਗੇ, ਔਰ
ਫਿਲਮ ਦੇ ਕਲਾਈਮੈਕਸ ਦੇ ਨੇੜੇ ਆਉਂਦੇ ਆਉਂਦੇ ਇੱਕ ਇਮੋਸ਼ਨਲ ਜਿਹਾ ਸੌਂਗ ਆਉਂਦਾ ਗੁਰਨਾਮ ਭੁੱਲਰ ਦਾ, ਉਹ ਡੈਫੀਨੇਟਲੀ ਇੰਜੋਏ ਕਰਨ ਵਾਲੇ ਹੋ, ਮੈਨੂੰ ਬਹੁਤ ਅੱਛਾ ਲੱਗਿਆ। ਸੋ ਓਵਰਆਲ ਫਿਲਮ ਦੀ ਸਟੋਰੀ ਨੂੰ ਦੇਖਦੇ ਹੋਏ, ਓਵਰਆਲ ਫਿਲਮ ਦੀ ਡਾਇਰੈਕਸ਼ਨ ਨੂੰ ਦੇਖਦੇ ਹੋਏ, ਕਿਉਂਕਿ ਮਾਨਵੀਰ ਬਰਾੜ ਭਾਅ ਜੀ ਨੇ ਫਿਲਮ ਨੂੰ ਡਾਇਰੈਕਟ ਕੀਤਾ, ਸੋ ਬਹੁਤ ਹੀ ਅੱਛਾ ਡਾਇਰੈਕਟ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇਸ ਫਿਲਮ ਨੂੰ 3 star ਆਊਟ ਆਫ 5 star ਰੇਟ ਕਰਾਂਗੇ। ਸੋ ਇਹ ਸੀ ਜੀ ਅੱਜ ਦਾ ਪ੍ਰੀਮੀਅਰ ਔਰ ਰੋਜ਼ ਰੋਜ਼ੀ ਅਤੇ ਗੁਲਾਬ ਦਾ ਲਿਟਲ ਬਿਟ ਰਿਵਿਊ। ਸੋ ਅਗਲੇ ਕਿਸੇ ਪ੍ਰੀਮੀਅਰ ਦੇ ਉੱਤੇ ਫਿਰ ਮੁਲਾਕਾਤ ਹੋਏਗੀ। ਕੀਪ ਵਾਚਿੰਗ ਆਸ਼ਕੇ ਟੀਵੀ, ਇੰਜੋਏ ਕਰਦੇ ਰਹੋ।